ਤੇ ਲਓ ਜੀ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ। ਤੇ ਦੋਸਤੋ ਮੈਂ ਸਟਾਰਟਿੰਗ ਗੱਲ ਕਹਿਣਾ ਚਾਹੁੰਦਾ ਵੀ ਫੀਡਰ ਦੇ ਜਿਹੜੇ ਰੋਲੇ ਲੱਗੇ ਹੋਏ ਨੇ ਇਹਦੇ ਵਿੱਚ, ਠੀਕ ਹੈ, ਉਹ ਲੱਗੇ ਹੋਏ ਨੇ ਲੋਹੇ ਦੇ ਜੀ, ਤੇ ਮੈਂ ਤੁਹਾਨੂੰ ਦਿਖਾ ਦਿੰਦਾ, ਤੁਸੀਂ ਦੇਖ ਸਕਦੇ ਹੋ। ਆਹ ਦੇਖੋ ਇਹਦੇ 'ਚ ਚੈਨ ਉੱਪਰ ਰੋਲਾ ਲੱਗਿਆ ਹੋਇਆ ਨਾ, ਲੋਹੇ ਦਾ ਲੱਗਿਆ ਹੋਇਆ। ਆਪਾਂ ਦੇਖਦੇ ਹਾਂ ਨਾ ਉਹਦੇ ਗਰਾਰੀਆਂ ਲੱਗੀਆਂ ਹੁੰਦੀਆਂ ਨੇ, ਗੇਅਰ ਵਾਲੀਆਂ ਵਾਂਗੂ ਬੜੀਆਂ ਗਰਾਰੀਆਂ ਹੁੰਦੀਆਂ, ਤੇ ਇਹਨਾਂ 'ਚੋਂ ਇਹ ਰੋਲੇ ਲੱਗੇ ਹੋਏ ਨੇ ਦੋਸਤੋ। ਇਹਦਾ ਬੈਨੀਫਿਟ ਇਹ ਹੈ, ਜਿਹੜੀ ਚੈਨ ਦੀ ਲਾਈਫ ਹੁੰਦੀ ਆ ਉਹ ਜ਼ਿਆਦਾ ਹੋ ਜਾਂਦੀ ਹੈ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕਲੱਚ ਬਾਡੀ ਦੇ, ਰਿਡਕਸ਼ਨ ਬਾਡੀ ਦੇ, ਇੰਜਣ ਦੇ, ਬੈਲ ਕਰੈਂਕ ਦੇ, ਠੀਕ ਹੈ, ਇੰਜਣ ਦੇ ਮਤਲਬ ਬੈਲ ਹਾਊਜਿੰਗ ਬਾਡੀ ਆ ਜਿਹੜੀ, ਉਹ ਸਾਰੀ ਹੀਰੇ ਵੱਲੋਂ ਲੋਹੇ ਦੀ ਤਿਆਰ ਕੀਤੀ ਹੋਈ ਹੈ ਜੀ, ਠੀਕ ਹੈ। ਅਤੇ ਸਾਰੀ ਹੀਰੇ ਲੋਹੇ ਦੀ ਤਿਆਰ ਕੀਤੀ ਹੋਈ ਹੈ। ਅਤੇ ਇੱਕ ਉਸ ਤੋਂ ਬਾਅਦ ਮੈਂ ਜਿਹੜੀ ਜਿੰਨੀ ਵੀ ਦੀ ਅਸੈਂਬਲੀ ਆ, ਮੈਂ ਇਹਦੀ ਅਸੈਂਬਲੀ ਦਿਖਾਉਣਾ ਖੋਲ੍ਹ ਕੇ, ਲਓ ਜੀ ਦੋਸਤੋ ਖੁੱਲ੍ਹ ਕੇ ਖਾਣਾ, ਉੱਤੋਂ ਵੀ ਖੁੱਲ੍ਹ ਜਾਂਦਾ, ਠੀਕ ਹੈ, ਉੱਤੋਂ ਢੱਕਣ ਮੈਂ ਕਰਨਾ ਅਤੇ ਖੁੱਲ੍ਹ ਜਾਣਾ। ਵਾਹ ਜੀ ਵਾਹ ਦੋਸਤੋ, ਆਹ ਸਿਸਟਮ ਦੇਖੋ, ਢੱਕਣ ਇਹਦਾ ਸ਼ੀਲਡ ਦਾ ਐਵੇਂ ਖੁੱਲ੍ਹਦੀ ਆ ਸਾਈਡ ਤੋਂ। ਅਤੇ ਲਓ ਜੀ ਦੋਸਤੋ, ਤੁਸੀਂ ਦੇਖ ਸਕਦੇ ਹੋ, ਚੇਂਜਰ ਦੇਖ ਸਕਦੇ ਹੋ, ਵਧੀਆ ਹੈਵੀ ਚੇਂਜਰ ਲੱਗਿਆ, ਹਾਈ ਲੋ ਵਾਲਾ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੇ ਮੈਂ ਬੈਲਟਾਂ ਦੀ ਗੱਲ ਕਰਾਂ, ਠੀਕ ਹੈ, ਤਾਂ ਸਾਰੀਆਂ ਵਧੀਆ ਬੈਲਟਾਂ ਪਏ ਹੋਏ ਨੇ, ਠੀਕ ਹੈ। ਅਤੇ ਪੁੜੀਆਂ ਸਾਰੀਆਂ ਬੁਸ਼ ਵਾਲੇ ਪੁੜੀਆਂ ਨੇ, ਇਹਦੇ 'ਚ ਦੇਖ ਸਕਦੇ ਹੋ, ਸਾਰੀਆਂ ਦੋਵੇਂ ਪਾਸੇ ਬੁਸ਼ ਵਾਲੇ ਪੁੜੀਆਂ ਨੇ। ਅਤੇ ਦੋਸਤੋ ਅਸੈਂਬਲੀ ਦੀ ਗੱਲ ਕਰਾਂ ਤਾਂ ਸਾਰੀ ਇਹਦੇ ਵਿੱਚ 7 ਨੰਬਰ ਅਸੈਂਬਲੀ ਪਈ ਹੋਈ ਹੈ ਬੈਰਿੰਗ ਵਾਲੀ, ਠੀਕ ਹੈ ਜੀ। ਅਤੇ ਬੜੀਆਂ ਰਬੜਾਂ ਪਈਆਂ ਹੋਈਆਂ ਨੇ ਸਾਰੀਆਂ। ਅਤੇ ਬਾਕੀ ਤੁਸੀਂ ਬੈਲਟਾਂ ਨੂੰ ਨੋਟ ਕਰ ਸਕਦੇ ਹੋ ਇਹਨਾਂ ਦੀਆਂ ਜੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸਾਫਟ ਦੇਖ ਸਕਦੇ ਹੋ, 11 ਨੰਬਰ ਦੇ ਸਾਫਟ ਪਏ, ਥਰੈਸਰ ਵਾਲੀ ਹੋ ਗਈ, ਗੈਡਰਮ ਵਾਲੀ ਸਾਫਟ ਹੋ ਗਈ ਜੀ, ਠੀਕ ਹੈ, 11 ਨੰਬਰ ਦੀ ਹੈ ਜੀ। ਅਤੇ ਫੀਡਰ ਵਾਲੀ ਹੋ ਗਈ ਜੀ, 8 ਨੰਬਰ ਦੀ ਜੀ, ਠੀਕ ਹੈ ਜੀ, 8 ਨੰਬਰ ਦੀ ਸਾਫਟ ਪਈ ਹੋਈ ਹੈ। ਅਤੇ ਵਧੀਆ ਲਾਈਟ ਲੱਗੀ ਹੋਈ ਹੈ ਜੀ। ਅਤੇ ਦੋਸਤੋ ਆਪਾਂ ਪਹਿਲਾਂ ਤੁਹਾਨੂੰ ਉੱਪਰ ਚੜ੍ਹ ਕੇ ਦਿਖਾਉਣਾ ਕਿੱਦਾਂ ਲੱਗ ਰਹੀ ਆ, ਠੀਕ ਹੈ। ਬਾਕੀ ਤੁਸੀਂ ਪੌੜੀ ਦੇਖ ਸਕਦੇ, ਪੌੜੀ ਦਾ ਸਾਈਜ਼ ਭਾਵੇਂ 2 ਬੰਦੇ ਇਕੱਠੇ ਚੜ੍ਹ ਜਾਣ, ਇੰਨੀ ਚੌੜੀ ਹੈ ਜੀ, ਠੀਕ ਹੈ। ਵਾਹ ਜੀ ਵਾਹ। ਅਤੇ ਦੋਸਤੋ ਉੱਪਰ ਚੜ੍ਹ ਕੇ ਦਿਖਾਉਣਾ ਕਿੱਦਾਂ ਲੱਗ ਰਹੀ ਆ। ਅਤੇ ਲਓ ਜੀ ਦੋਸਤੋ, ਉੱਪਰੋਂ ਦੇਖ ਸਕਦੇ ਬਹੁਤ ਹੀ ਸਫਾਈ 'ਚ ਤਿਆਰ ਕੀਤੀ ਹੋਈ ਹੀਰਾ 985 ਹਾਰਵੈਸਟਰ ਕੰਬਾਈਨ ਹੈ ਜੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸੀਟ ਦੇਖ ਸਕਦੇ ਹੋ ਦੋਸਤੋ, ਬਹੁਤ ਸੋਹਣੀ ਕੰਫਰਟੇਬਲ ਸੀਟ ਲੱਗੀ ਹੋਈ ਹੈ। ਬੈਠ ਕੇ ਦਿਖਾਉਣਾ ਕਿੱਦਾਂ ਲੱਗ ਰਹੀ ਆ। ਵਾਹ ਜੀ ਵਾਹ ਦੋਸਤੋ, ਸਰੀ ਗਰੈਪ ਹੈ, ਠੀਕ ਹੈ ਜੀ। ਅਤੇ ਸਾਰੇ ਲੀਵਰ ਆਪਾਂ ਨੂੰ ਨੇੜੇ ਦੇ ਮਿਲ ਜਾਣਗੇ ਜੀ, ਠੀਕ ਹੈ, ਗੇਅਰ ਦਾ, ਰੇਸ ਦਾ, ਸਾਰੇ ਜੀ, ਠੀਕ ਹੈ। ਬਾਕੀ ਗੇਅਰ ਵਾਲੇ ਆ ਗਏ ਮੇਰੇ ਹੱਥ 'ਚ, ਠੀਕ ਹੈ। ਬਾਕੀ ਬਾਸਕਟ ਦਾ ਆਪਾਂ ਨੂੰ ਆ ਦੇਖੋ, ਆ ਮਿਲ ਰਿਹਾ ਆਪਾਂ ਨੂੰ ਬਾਸਕਟ ਉੱਪਰ, ਉੱਪਰ ਨੀਚੇ ਸਹੀ ਐਡਜਸਟਮੈਂਟ ਬਾਸਕਟ ਦੀ ਆਪਾਂ ਨੂੰ ਉਰੀ ਮਿਲ ਜਾਣੀ ਹੈ ਜੀ, ਠੀਕ ਹੈ ਜੀ। ਬਾਸਕਟ ਦਾ ਲੀਵਰ, ਬਾਕੀ ਹੈਲਪਰ ਵਾਸਤੇ ਸੀਟ ਮਿਲ ਜਾਂਦੀ ਹੈ, ਬਹੁਤ ਵਧੀਆ, ਠੀਕ ਹੈ ਜੀ। ਅਤੇ ਬੜੇ ਸੀਸੇ ਲੱਗੇ ਹੋਏ ਨੇ ਪਿੱਛੇ ਦੇਖਣ ਵਾਸਤੇ, ਪਿੱਛੇ ਉੱਪਰ ਵੀ ਸੀਸੇ ਲੱਗੇ ਨੇ ਬੜੇ ਜੀ, ਠੀਕ ਹੈ। ਅਤੇ ਟੂਲ ਮਿਲ ਜਾਂਦਾ ਜੀ ਕਿਸਾਨ ਵੀਰ ਨੂੰ। ਅਤੇ ਬੈੱਡ ਦੋਸਤੋ ਕਾਫੀ ਚੌੜਾ ਬੈੱਡ ਹੈ ਇਹਦਾ, ਠੀਕ ਹੈ ਜੀ। ਅਤੇ ਉੱਗਰ ਕਟਰ ਫਲੈਟ ਦਾ ਮਿਲ ਜਾਂਦਾ ਜੀ। ਅਤੇ ਦਾਣੇ ਟੈਂਕੀ ਦੇਖ ਸਕਦੇ ਹੋ ਤੁਸੀਂ ਜੀ, ਬਹੁਤ ਸੋਹਣੀ ਦਾਣੇ ਟੈਂਕੀ ਆ, ਅਤੇ ਕਾਫੀ ਵੱਡੀ ਟੈਂਕੀ ਆ ਜੀ। ਅਤੇ 15 ਤੋਂ 20 ਕੁਇੰਟਲ ਦਾਣੇ ਪੈ ਜਾਂਦੇ ਨੇ। ਉਸ ਤੋਂ ਬਾਅਦ ਟੈਂਕੀ ਤਾਂ ਚੜ੍ਹਨ ਵਾਸਤੇ ਦੇਖੋ ਆਹ ਹੱਥ ਲਾਏ ਹੋਏ ਨੇ ਸਾਈਡ 'ਤੇ, ਬਹੁਤ ਸੋਹਣਾ ਸਿਸਟਮ। ਮੈਂ ਹੋਰ ਹੋਣਾ ਚਾਹੁੰਦਾ ਵੀ ਜਿਹੜਾ ਆਹ ਲੋਕ ਲੱਗਿਆ ਨਾ, ਇਹ ਹੈਗਾ ਉੱਗਰ ਦਾ, ਠੀਕ ਹੈ ਜੀ। ਇਹਨੂੰ ਮੈਨੂੰ ਖਿੱਚੇ ਤੋਂ ਉੱਗਰ ਉੱਥੋਂ ਹੈਂਡ ਫਰੀ ਹੋ ਜਾਣਾ ਜੀ, ਠੀਕ ਹੈ, ਉੱਗਰ ਖੁੱਲ੍ਹ ਜਾਣਾ ਹੈ, ਠੀਕ ਹੈ। ਉੱਗਰ ਦਾ ਆਪਾਂ ਨੂੰ ਮਿਲ ਜਾਂਦਾ ਹੈਂਡ। ਅਤੇ ਆ ਜਾਓ ਦੋਸਤੋ ਉੱਪਰ ਚੜ੍ਹ ਕੇ ਦਿਖਾਉਣਾ ਕਿੱਦਾਂ ਲੱਗ ਰਿਹਾ। ਉਸ ਤੋਂ ਬਾਅਦ ਆਪਾਂ ਸੀਲਡ ਦੇ ਟੈਂਕੀ 'ਤੇ ਆ ਗਏ। ਅਤੇ ਦੋਸਤੋ ਇੰਜਣ ਦੀ ਗੱਲ ਕਰਾਂ ਤਾਂ ਅਸ਼ੋਕ ਲੇਲੈਂਡ ਦਾ ਇੰਜਣ ਹੈ, 101 HP ਦਾ, ਠੀਕ ਹੈ ਜੀ। 6 ਸਿਲੰਡਰੀ ਇੰਜਣ ਹੈ ਜੀ। ਅਤੇ ਸਾਰਾ ਇੰਜਣ ਬਹੁਤ ਹੀ ਖੁੱਲ੍ਹਾ ਡੁੱਲਾ ਹੈ, ਸਾਰਾ ਬੈੱਡ ਖੁੱਲ੍ਹਾ ਡੁੱਲਾ ਮਿਲਦਾ ਕੰਮ ਕੁੰਮ ਕਰਨ ਵਾਸਤੇ। ਅਤੇ ਉੱਤੇ ਬਹੁਤ ਸੋਹਣੀ ਸੀੜੀ ਲੱਗੀ ਉੱਪਰ ਲੰਘਣ ਵਾਸਤੇ, ਤੁਸੀਂ ਦੇਖ ਸਕਦੇ ਹੋ। ਅਤੇ ਵਧੀਆ ਰੇਡੀਏਟਰ ਲੱਗਿਆ ਹੋਇਆ ਜੀ, ਉੱਪਰ ਕਰੀਨ ਦਾ ਲੱਗਿਆ ਹੋਇਆ, ਠੀਕ ਹੈ। ਅਤੇ ਉੱਪਰ ਇੰਜਣ ਵਾਸਤੇ ਲਾਈਟ ਲੱਗੀ ਮਿਲ ਜਾਂਦੀ ਜੀ ਆਪਾਂ ਨੂੰ, ਠੀਕ ਹੈ ਜੀ। ਅਤੇ ਅੱਜ ਦੋਸਤੋ ਵੀਡੀਓ ਸਕਿੱਪ ਨਾ ਕਰੋ ਦੋਸਤੋ, ਨੀਚੇ ਤੱਕ ਦਿਖਾਉਣਾ ਕਿੱਦਾਂ ਲੱਗ ਰਹੀ ਹੈ। ਸਰਾਈ ਕਰਿਆ ਭਾਈ ਦੋਸਤੋ, ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਜੀ। ਅਤੇ ਲਓ ਜੀ ਦੋਸਤੋ, ਉਸ ਤੋਂ ਬਾਅਦ ਡੀਜ਼ਲ ਟੈਂਕ ਦੀ ਗੱਲ ਕਰਾਂ ਤਾਂ 300 ਲੀਟਰ ਤੱਕ ਡੀਜ਼ਲ ਪੈ ਜਾਂਦਾ ਜੀ ਇਹਦੇ ਵਿੱਚ, ਕਾਫੀ ਬੜਾ ਟੈਂਕ ਮਿਲ ਜਾਂਦਾ ਵਧੀਆ ਸਟੈਂਡਰਡ ਦਾ। ਅਤੇ ਵਧੀਆ ਐਲੀਵੇਟਰ ਲੱਗੇ ਹੋਏ ਨੇ ਸਾਰੇ ਜੀ, ਠੀਕ ਹੈ। ਅਤੇ ਸਰੀ ਕਰਿਆ ਪਿਆ ਦੋਸਤੋ, ਸਾਰੀ ਅਸੈਂਬਲੀ 7 ਨੰਬਰ ਦੀ ਹੈ। ਅਤੇ ਪੁੜੀਆਂ ਨੇ ਸਾਰੀਆਂ, ਉਹ ਬੁਸ਼ ਵਾਲੀਆਂ ਪੁੜੀਆਂ ਪਈਆਂ ਹੋਈਆਂ ਨੇ ਵਧੀਆ, ਠੀਕ ਹੈ ਜੀ। ਅਤੇ ਚੇਂਜਰ ਦੇਖ ਸਕਦੇ ਹੋ, ਬਹੁਤ ਸੋਹਣੇ ਚੇਂਜਰ ਲੱਗੇ ਨੇ, ਬੜੀ ਵਧੀਆ ਸਾਫਟ ਥਰੈਸਰ ਗੈਡਰ ਵਾਲੇ ਪੁੜੀ, ਠੀਕ ਹੈ ਜੀ। ਅਤੇ ਬਾਕੀ ਕਿਸਾਨ ਵੀਰ ਨੂੰ ਬਲੋਰ ਮਿਲ ਜਾਂਦਾ ਅੱਗੇ, ਬਹੁਤ ਸੋਹਣੇ ਦੇਖ ਵਿੱਚ ਬਲੋਰ ਲੱਗਿਆ ਹੋਇਆ ਜੀ। ਅਤੇ ਲਾਈਟ ਨੂੰ ਸਾਰਾ ਕਵਰ ਕੀਤਾ ਗਿਆ, ਬਹੁਤ ਸੋਹਣੇ ਡਿਜ਼ਾਈਨ ਵਿੱਚ ਜੀ, ਠੀਕ ਹੈ ਜੀ। ਅਤੇ ਦੋਸਤੋ ਗੇਅਰ ਦੀ ਗੱਲ ਕਰਾਂ ਤਾਂ 3+1 ਵਾਲਾ ਗੇਅਰ ਹੈ, 4 ਵਾਲਾ ਗੇਅਰ ਹੈ ਜੀ। ਅਤੇ ਕਿਸਾਨ ਵੀਰ ਆਪਣੇ ਹਿਸਾਬ ਨਾਲ ਮੋਡੀਫਾਈ ਕਰਵਾ ਸਕਦਾ, 5 ਵਾਲਾ ਵੀ ਲੈ ਸਕਦੇ ਹੋ। ਅਤੇ ਉਸ ਤੋਂ ਬਾਅਦ ਅਤੇ ਹੈਵੀ ਚੈੱਕ ਲੱਗੇ ਹੋਏ ਨੇ, ਮੋਟੇ ਚੈੱਕ ਜੀ, 45 mm ਦੇ ਚੈੱਕ ਲੱਗੇ ਹੋਏ ਨੇ ਸਾਰੇ, ਠੀਕ ਹੈ ਜੀ, ਫੀਡਰ ਦੇ। ਅਤੇ ਤੁਸੀਂ ਦੇਖ ਸਕਦੇ ਹੋ ਨੀਚੇ ਡਬਲ ਹਾਰਨ ਸਿਸਟਮ ਮਿਲ ਜਾਂਦਾ ਵਧੀਆ ਪ੍ਰੈਸਰ ਵਾਲਾ, ਠੀਕ ਹੈ ਜੀ। ਅਤੇ ਉੱਪਰ ਵੀ ਮਿਲਦਾ ਜੀ ਆਪਾਂ ਨੂੰ ਹਾਰਨ। ਅਤੇ ਦੋਸਤੋ ਸੇਫ ਦੀ ਗੱਲ ਕਰਾਂ, ਤੁਸੀਂ
ਮੁਰੋ ਦੇਖ ਸਕਦੇ ਡਿਜ਼ਾਈਨਿੰਗ ਬੜੀ ਸੋਹਣੀ ਹੈ ਸਰੀਵਣੀ ਸਰਾ ਕਰਿਆ ਪਿਆ ਠੀਕ ਹੈ ਜੀ ਹੀਰਾ 985 ਵੱਲੋਂ ਠੀਕ ਹੈ ਜੀ ਅਤੇ ਦੋਸਤੋ ਵੀਡੀਓ ਸੋ ਤਰ੍ਹਾਂ ਕੈਂਡ ਤੱਕ ਦੇਖਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਜੀ ਪੁਲੀਆਂ ਨੇ ਸਾਰੇ ਬੁਸ਼ ਵਾਲੇ ਪੁਲੀਆਂ ਨੇ ਜੀ ਠੀਕ ਹੈ ਅਤੇ ਅੱਜ ਦੋਸਤ ਪਿੱਛੇ ਆ ਜਾਓ ਕਿੱਦਾਂ ਲੱਗ ਰਹੀ ਆ ਸੀਟ ਖੋਲੀ ਚ ਆਪਾਂ ਲਓ ਜੀ ਦੋਸਤੋ ਬਸ ਟੂਲ ਮਿਲ ਜਾਂਦਾ ਬਹੁਤ ਸੋਹਣੇ ਦੇਖੋ ਟੂਲ ਮਿਲ ਜਾਂਦਾ ਜੀ ਉੱਤੇ ਹੀਰਾ ਲਿਖਿਆ ਬਹੁਤ ਸੋਹਣੇ ਡਿਜ਼ਾਇਨ ਵਿੱਚ ਉੱਤੇ ਵੀ ਸਮਾਨ ਰੱਖ ਸਕਦੇ ਹਾਂ ਆਪਾਂ ਠੀਕ ਹੈ ਬਾਕੀ ਲਾਈਟਾਂ ਦੇ ਸਾਰੇ ਬਹੁਤ ਸੋਹਣੇ ਡਿਜ਼ਾਇਨ ਵਿੱਚ ਲਾਈਟਾਂ ਲੱਗੀਆਂ ਨੇ ਜੀ ਠੀਕ ਹੈ ਜੀ ਅਤੇ ਸਾਰੀ ਲੈ ਬਹੁਤ ਸੋਹਣੇ ਡਿਜ਼ਾਇਨ ਤਿਆਰ ਕੀਤੀ ਹੈ ਲਾਈਟ ਹੈ ਅਤੇ ਆ ਜੀ ਦੋਸਤੋ ਸੋਚ ਇੱਕ ਮੈਂ ਇੱਕ ਚੀਜ਼ ਦਿਖਾਉਣਾ ਚਾਹੁੰਦਾ ਵੀ ਇਹਨਾਂ ਨੂੰ ਨਾ ਐਸ ਐਮ ਐਸ ਸਿਸਟਮ ਵਾਸਤੇ ਸਪੈਸ਼ਲ ਸਾਫਟ ਰੱਖੀ ਹੋਈ ਸਪੈਸ਼ਲ ਕੰਮ ਕਰਿਆ ਹੋਇਆ ਐਸ ਐਮ ਐਸ ਵਾਸਤੇ ਪੁਣੀਆਂ ਵਾਸਤੇ ਅਤੇ ਵਿੱਚੋਂ ਵੀ ਦੇ ਸਕਦੇ ਹੋ ਵੀ ਵਿੱਚੋਂ ਵੀ ਐਡਜਸਟਮੈਂਟ ਕੀਤੀ ਗਈ ਹੈ ਐਸ ਐਮ ਐਸ ਵਾਸਤੇ ਜੀ ਠੀਕ ਹੈ ਵੀ ਤਾਂ ਜੋ ਕਾਸ ਬੋਡੀ 'ਤੇ ਕੋਈ ਦਿੱਕਤ ਨਾ ਆਵੇ ਜੀ ਪਹਿਲੀ ਤਿਆਰ ਕੀਤਾ ਹੋਇਆ ਉਸ ਤੋਂ ਬਾਅਦ ਇਹ 5-star ਬਕਰੇ ਹਰਸਟਿਕ ਪੈਣ ਹੈ ਜੀ ਠੀਕ ਹੈ ਅਤੇ ਵਧੀਆ ਪੈਪ ਨਾਲ ਟਾਈ ਬੋਡੀ ਨਾਲ ਅਟੈਚ ਕੀਤੀ ਹੈ ਹੈਵੀ ਨਾਲ ਜੀ ਠੀਕ ਹੈ ਅਤੇ ਕਿਸ਼ਤੀਆਂ ਦੇਖ ਸਕਦੇ ਹੋ ਬੈੱਡ ਦੇਖ ਸਕਦੇ ਹੋ ਕਾਫੀ ਬੜਾ ਬੈੱਡ ਮਿਲ ਜਾਂਦਾ ਜੀ ਪੂਰੀ ਘੈਂਡ ਬਾਕੀ ਆਪਾਂ ਸਫਾਈ ਕਰ ਕਿਸ਼ਤੀ ਐਡਜਸਟਮੈਂਟ ਸਫਾਈ ਘੱਟ ਵੱਧ ਕਿਵੇਂ ਮਰਜ਼ੀ ਕਰ ਸਕਦੇ ਹਾਂ ਸੀਟ ਮਿਲ ਜਾਂਦੀ ਜੀ ਆਪਾਂ ਨੂੰ ਅਤੇ ਹਿੱਸੇ ਦੀ ਗੱਲ ਕਰਾਂ ਤਾਂ ਸਿੰਗਲ ਸੀਟ 'ਚੋਂ ਤਿਆਰ ਕੀਤਾ ਹਿੱਸਾ ਜੀ ਇੱਕ ਸੀਟ ਨੂੰ ਬੈਂਡ ਕਰਕੇ ਤਿਆਰ ਕੀਤਾ ਹਿੱਸਾ ਜੀ ਅਤੇ ਵਧੀਆ ਮੋਰੀਆਂ ਲੱਗੇ ਹੋਏ ਨੇ ਜੀ ਟਾਈ ਰਾਡ ਲੱਗਿਆ ਹੋਇਆ ਹੈਵੀ ਠੀਕ ਹੈ ਜੀ ਵਧੀਆ ਜੈਕ ਮਿਲ ਜਾਂਦਾ ਬੈਕ ਸਾਈਡ ਟਾਇਰਾਂ ਦਾ ਅਤੇ ਦੋਸਤੋ ਟਾਇਰ ਦੇਖ ਸਕਦੇ ਹੋ ਕਾਫੀ ਬੜੇ ਚੌੜੇ ਟਾਇਰ ਨੇ ਜਿਹਦੇ ਵਿੱਚ ਜੋ 916 ਟਾਇਰ ਪਏ ਹੋਏ ਨੇ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਏਅਰ ਟੈਂਕ ਮਿਲ ਜਾਂਦਾ ਕਿਸਾਨ ਵੀਰ ਨੂੰ ਬਹੁਤ ਸੋਹਣੇ ਤਿਆਰ ਕੀਤਾ ਏਅਰ ਟੈਂਕ ਮਿਲ ਜਾਂਦਾ ਜੀ ਅਤੇ ਡਬਲ ਬੈਟਰੀ ਬਾਕਸ ਮਿਲ ਜਾਂਦਾ ਜੀ ਆਟੋ ਕੱਟ ਮਿਲ ਜਾਂਦਾ ਬੈਟਰੀ ਕੱਪ ਲੱਗਿਆ ਹੋਇਆ ਸਿਸਟਮ 'ਤੇ ਠੀਕ ਹੈ ਅਤੇ ਵਾਹ ਜੀ ਵਾਹ ਦੋਸਤੋ ਸਿਰਾ ਕਰਿਆ ਪਿਆ ਅਤੇ ਵੀਡੀਓ ਦੋਸਤੋ ਸ਼ੁਰੂ ਤੋਂ ਲੈ ਕੈਂਡ ਤੱਕ ਦੇਖਿਓ ਕਿ ਚੀਜ਼ ਨੂੰ ਹੋਰ ਦਿਖਾਉਣਾ ਚਾਹੁੰਦਾ ਲਓ ਜੀ ਦੋਸਤੋ ਤੁਹਾਨੂੰ ਕੱਟ ਦਿਖਾਉਂਦੇ ਹਾਂ ਠੀਕ ਹੈ ਜੋ ਹੀਰਾ ਲਓ ਜੀ ਦੋਸਤੋ ਨੂੰ ਅੱਟ ਕੱਟ ਦਿਖਾਉਂਦੇ ਹਾਂ ਜੋ ਹੀਰਾ ਕਪੈਨ ਵੱਲ ਤਿਆਰ ਕੀਤਾ ਗਿਆ ਠੀਕ ਹੈ ਤਾਂ ਦੋਸਤੋ ਕੱਟਰ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕੱਟਰ ਜਿਹੜਾ ਮੋਟਰ ਵਾਲਾ ਕੱਟਰ ਹੈ ਜੀ ਅਤੇ 2 ਸਾਲ ਦੇ ਸੀਜ਼ਨ ਦੀ ਵਾਰੰਟੀ ਦਿੰਦੇ ਨੇ ਜੀ ਇਹ ਮੋਟਰ ਦੀ ਠੀਕ ਹੈ ਅਤੇ ਉਸ ਤੋਂ ਬਾਅਦ ਮੈਂ ਜਿਹੜੀ ਕੱਟਰ ਦੀ ਇੱਕ ਹੋਰ ਖਾਸੀਅਤ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਦੋਸਤੋ ਵੀ ਜਿਹੜਾ ਇਹਦਾ ਬੈੱਡ ਹੈ ਇਹਦਾ ਫਰਸ਼ ਹੈ ਨਾ ਜਿਹੜਾ ਤੁਸੀਂ ਫਰਸ਼ ਦੇਖ ਸਕਦੇ ਹੋ ਮੈਂ ਦਿਖਾਉਣਾ ਇਹ ਤੁਸੀਂ ਫਰਸ਼ ਦੇਖ ਰਹੇ ਹੋ ਦੋਸਤੋ ਇਹ ਸਿੰਗਲ ਸੀਟ ਦਾ ਤਿਆਰ ਕੀਤਾ ਦੋਸਤੋ ਜਿਹੜਾ ਫਰਸ਼ ਹੈ ਇਹ ਨੀਚੇ ਵਾਲਾ ਇਹ ਸਾਰਾ ਸਿੰਗਲ ਸੀਟ 'ਚੋਂ ਤਿਆਰ ਕੀਤਾ ਉਸ ਤੋਂ ਬਾਅਦ ਜਿਹੜਾ ਉੱਗਰ ਹੈ ਜੀ ਇਹ ਵੀ ਸਿੰਗਲ ਸੀਟ 'ਚੋਂ ਤਿਆਰ ਕੀਤਾ ਇਹਦੇ 'ਚ ਕੋਈ ਤੁਹਾਨੂੰ ਜੋੜ ਨਹੀਂ ਮਿਲੂਗਾ ਜੀ ਨਾ ਤੁਹਾਨੂੰ ਫਰਸ਼ 'ਚ ਕੋਈ ਜੋੜ ਮਿਲੂਗਾ ਨਾ ਕੋਈ ਤੁਹਾਨੂੰ ਉੱਗਰ 'ਚ ਕੋਈ ਜੋੜ ਮਿਲੂਗਾ ਉਸ ਤੋਂ ਬਾਅਦ ਜਿਹੜੀ ਟੈਨ ਹੈ ਕਾਫੀ ਜ਼ਿਆਦਾ ਲੰਬੀ ਟੈਨ ਹੈ 6 mm ਦੀ ਮੋਟੀ ਟੈਨ ਲਾਈ ਹੋਈ ਹੈ ਜੀ ਅਤੇ 11 inch ਦੀ ਟੈਨ ਲੱਗੀ ਹੋਈ ਹੈ ਲੰਬੀ ਜੀ ਠੀਕ ਹੈ ਅਤੇ ਬਹੁਤ ਸੋਹਣੀ ਤਿਆਰ ਕੀਤਾ ਹੈ ਕੱਟ ਰਿਹਾ ਜੀ ਇਹ ਤੁਸੀਂ ਦੇਖ ਸਕਦੇ ਹੋ ਅਤੇ ਕੰਪਨੀ ਕੋਲੋਂ ਸਪੈਸ਼ਲ ਮਿਲ ਜਾਂਦੀ ਇੱਕ ਫ੍ਰੀ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਆਪਾਂ ਨੂੰ ਠੀਕ ਹੈ ਜੀ ਅਤੇ ਬੈਕ ਬੈਕ ਸਾਈਡ ਲਾਈਟਾਂ ਦੇਖ ਸਕਦੇ ਟਰਾਲੀ ਦੀਆਂ ਜੋ ਪੋਸਣ ਡਿਜ਼ਾਈਨ ਵਿੱਚ ਤਿਆਰ ਕੀਤੀਆਂ ਨੇ ਜੀ ਅਤੇ ਕਾਫੀ ਬੜੇ ਟਾਇਰ ਮਿਲ ਜਾਣਗੇ ਇਹਦੇ ਵਿੱਚ ਆਪਾਂ ਨੂੰ ਜੀ ਜਿਹੜੀਆਂ ਪੋਲਾਂ ਦਾ 916 ਟਾਇਰ ਪਿਆ ਹੋਇਆ ਜੀ ਠੀਕ ਹੈ ਜੀ ਬੜਾ ਟਾਇਰ ਹਲ ਪਿਆ ਹੋਇਆ ਅਤੇ ਬਾਕੀ ਜਿਹੜੇ ਪੁਲੀਆਂ ਨੇ ਕੱਟਰ ਦੀਆਂ ਠੀਕ ਹੈ ਜੀ ਬੁਸ਼ ਵਾਲੀਆਂ ਪੁਲੀਆਂ ਨੇ ਜੀ ਠੀਕ ਹੈ ਅਤੇ ਕਿਸਾਨ ਵੀਰ ਆਪਣੇ ਹਿਸਾਬ ਨਾਲ ਜੋ ਬਦਲਣੀ ਹੁੰਦੀ ਆਰਾਮ ਨਾਲ ਬਦਲੀ ਜਾਂਦੀ ਹੈ ਜੀ ਠੀਕ ਹੈ ਅਤੇ ਸਿਰਾ ਕਰਿਆ ਪਿਆ ਦੋਸਤੋ ਹੈਗਾ ਕੱਟਰ ਹੀਰਾ ਕਪੈਨ ਦਾ ਠੀਕ ਹੈ ਜੀ ਅਤੇ ਆ ਦੋਸਤੋ ਹੁਣ ਕਪੈਨ ਦਿਖਾਉਣੇ ਦੁਬਾਰਾ ਅਤੇ ਲਓ ਜੀ ਦੋਸਤੋ ਆਪਾਂ ਆ ਗਏ ਅਤੇ ਦੋਸਤੋ ਉਸ ਤੋਂ ਬਾਅਦ ਮੈਂ ਤੁਹਾਨੂੰ ਸਟਾਰਟਿੰਗ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਟਾਇਰਾਂ ਦੀ ਗੱਲ ਕਰਾਂ ਤਾਂ ਬੜੇ ਟਾਇਰ ਮਿਲ ਜਾਣਗੇ ਮੂਰੇ ਆਪਾਂ ਨੂੰ 18-430 ਦੇ ਜੀ ਪੋਲੋ ਟਾਇਰ ਨੇ ਬਾਕੀ ਕਿਸਾਨ ਵੀ ਆਪਣੇ ਹਿਸਾਬ ਨਾਲ ਮਤਲਬ ਸੀਐਟ ਦੇ MRF ਦੇ ਜਾਂ BKT ਦੇ ਟਾਇਰ ਪਵਾ ਸਕਦਾ ਠੀਕ ਹੈ ਅਤੇ ਗੇਅਰ ਵੀ ਕਿਸਾਨ ਵੀ ਆਪਣੇ ਹਿਸਾਬ ਨਾਲ ਐਡਜਸਟ ਕਰਵਾ ਸਕਦਾ ਜੀ ਇਹ 4 ਗੇਅਰ ਪਿਆ ਹੋਇਆ ਅਤੇ 5 ਵੀ ਤੁਸੀਂ ਲੈ ਸਕਦੇ ਵਿੱਚ ਆਪਾਂ ਨੂੰ ਇੰਜਣ ਦੇ ਬੈਲ ਹੌਜਿੰਗ ਬਾਡੀ ਠੀਕ ਹੈ ਸਾਰੀ ਲੋਹੇ ਦੀ ਮਿਲੂਗੀ ਜੀ ਠੀਕ ਹੈ ਅਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਦੋਸਤੋ ਵੀ ਜਿਹੜੇ ਟਾਇਰਾਂ ਦੇ ਨਟ ਨੇ ਠੀਕ ਹੈ ਜੀ ਉਹ ਦੋਨੋਂ ਸੇਮ ਨੇ ਅਗਲੇ ਦੇ ਵੀ ਅਤੇ ਪਿਛਲੇ ਦੇ ਵੀ ਦੋਨੋਂ ਸੇਮ ਨੇ ਠੀਕ ਹੈ ਜੀ ਦੋਨਾਂ ਦੇ ਨਟ ਬੜੇ ਨਟ ਪਏ ਹੋਏ ਨੇ ਜੀ ਦੋਨੋਂ ਸੇਮ ਨੇ ਕੋਈ ਦਿੱਕਤ ਨਹੀਂ ਆਉਂਦੀ ਚੇਂਜ ਕਰਨ 'ਚ ਵੀ ਠੀਕ ਹੈ ਆਪਾਂ ਅੱਗੇ ਪਿੱਛੋਂ ਜਿਹੜਾ ਕਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਅਤੇ ਸੀਜ਼ਨ 'ਚ ਕਪੈਨ ਚੱਲਦੀ ਰਹਿੰਦੀ ਹੈ ਬਰਕਰਾਰ ਰਹਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਰਿਮ ਨੇ ਦੋਸਤੋ ਇਹ ਰਿਮ ਤਿਆਰ ਕੀਤੇ ਹੋਏ ਨੇ ਉਹ ਕੰਪਨੀ 'ਚ ਹੀ ਤਿਆਰ ਹੁੰਦੇ ਨੇ ਜਿਹਦੇ ਰਿਮ ਜੀ ਠੀਕ ਹੈ ਕੰਪਨੀ 'ਚ ਹੀ ਤਿਆਰ ਕੀਤੇ ਜਾਂਦੇ ਨੇ ਠੀਕ ਹੈ ਸਾਰਾ ਕੰਮ ਕੰਪਨੀ ਤਿਆਰ ਕੀਤਾ ਜਾਂਦਾ ਜੀ ਇਹ ਹੀਰਾ ਵੱਲੋਂ ਤਿਆਰ ਕੀਤਾ ਜਾਂਦਾ ਅਤੇ ਬਹੁਤ ਹੀ ਸੋਹਣੀ ਤਿਆਰ ਡਿਜ਼ਾਈਨ 'ਚ ਤਿਆਰ ਕੀਤੀ ਹੀਰਾ ਕਪੈਨ ਹੈ ਜੀ 90 ਵਾਲਿਆਂ ਦੀ ਹੀਰਾ 985 ਅਤੇ ਦੋਸਤੋ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਅਤੇ ਨਵੀਂ ਆ ਰਹੀ ਵੀ ਜਾਣਕਾਰੀ ਲਈ ਵਿਚਕਾਰ ਮਤਲਬ ਯੂਟਿਊਬ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ।